ਹਾਂਜੀ ਬ੍ਰਾਡ ਸਾਹਿਬ ਇਹ ਖਬਰ ਹੈਲਥ ਡਿਪਾਰਟਮੈਂਟ ਵੱਲੋਂ ਆਈ ਹੈ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਮੋਸਕੀਟੋ ਸਰਜ ਹੋ ਗਿਆ ਬੜੇ ਰੈਪਿਡ ਪੇਸ ਤੇ ਜਿਹੜਾ ਮੱਛਰ ਉਹ ਵੱਧ ਰਹੇ ਨੇ ਟ੍ਰੋਪੀਕਲ ਸਟ੍ਰੋਮ ਨੇ ਇਹ ਮੱਛਰ ਵਧਾਏ ਨੇ ਤੇ ਕੱਲੇ ਮੱਛਰ ਨਹੀਂ ਇਨਸੈਕਟ ਵੀ ਤੇ ਟੈਂਪਰੇਚਰ ਵੀ ਟ੍ਰੋਪੀਕਲ ਸਟ੍ਰੋਮ ਦੇ ਕਰਕੇ ਵਧਿਆ ਡਿਪਾਰਟਮੈਂਟ ਨੇ ਗੱਲਬਾਤ ਸਾਂਝੀ ਕੀਤੀ ਹੈ ਕਿ ਵਿੰਟਰ ਸਟ੍ਰੋਮ ਉਦੋਂ ਬਾਅਦ ਸਮਰ ਹੀਟ ਤੇ ਹੁਣ ਟ੍ਰੋਪੀਕਲ ਸਟ੍ਰੋਮ ਜਿਹੜਾ ਇਹ ਲਰੀ ਆਇਆ ਸੀ ਉਦੇ ਕਰਕੇ ਰੈਪਿਡ ਇਨਕਰੀਜ਼ ਹੋਇਆ ਹੈ ਮੱਛਰਾਂ ਦੀ ਗਿਣਤੀ ਦੇ ਵਿੱਚ ਤੇ ਹੋਰ ਜਿਹੜੇ ਕੀੜੇ ਪਤੰਗੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕੁਝ ਰੀਜ਼ਨ ਦੇ ਵਿੱਚ ਤਾਂ ਕਹਿੰਦੇ ਡੇ ਬਾਈਟਿੰਗ ਮਸਕੀਟੋ ਤੇਜ਼ੀ ਦੇ ਨਾਲ ਵਧੇ ਨੇ ਜਿਹੜੇ ਦਿਨ ਦਿਹਾੜੇ ਬੰਦੇ ਨੂੰ ਕੱਟਦੇ ਨੇ ਇਹਨਾਂ ਕਰਕੇ ਕਈ ਸਾਲਾਂ ਬਾਅਦ ਬਰਡਸਬ ਕੈਲੀਫੋਰਨੀਆ ਦੇ ਵਿੱਚ ਇੱਕ ਵੈਸਟ ਨਾਈਲ ਵਾਇਰਸ ਜਿਹੜਾ ਹੈ ਉਹ ਰਿਪੋਰਟ ਕੀਤਾ ਗਿਆ ਹੈ ਪਹਿਲਾ ਹਿਊਮਨ ਕੇਸ ਹੁਣ ਤੱਕ ਇਹ ਕੇਸਾਂ ਦੀ ਗਿਣਤੀ 150 ਪਲੱਸ ਹੋ ਚੁੱਕੀ ਹੈ ਪਿਛਲੇ ਸਾਰੇ ਸਾਲ ਦੇ ਵਿੱਚ ਇਹ ਗਿਣਤੀ 80 ਦਾ ਅੰਕੜਾ ਪਾਰ ਨਹੀਂ ਸੀ ਕਰ ਸਕੀ ਸੋ ਇਥੋਂ ਦਾਜਾ ਲਾਇਆ ਜਾ ਸਕਦਾ ਕਿ ਕਿੰਨਾ ਕਹਿਰ ਮਚਾਇਆ ਹੋਇਆ ਇਨਸੈਕਟਸ ਨੇ ਤੇ ਮੋਸਕੀਟੋਸ ਨੇ ਅੰਕੜੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਸਾਂਝੇ ਕੀਤੇ ਨੇ ਸਾਰਾ ਯੂਐਸਏ ਨੇਸ਼ਨਵਾਈਡ ਇਨਸੈਕਟ ਸਰਜੂ ਫੇਸ ਕਰ ਰਿਹਾ ਐਸ ਵੇਲੇ ਇਹਦਾ ਕਾਰਨ ਪੂਰੇ ਅਮਰੀਕਾ ਦੇ ਵਿੱਚ ਇਸ ਸਾਲ ਵੱਧ ਪਈ ਜਿਹੜੀ ਹੈ ਰੇਨ ਹੈ ਇੱਕ ਮੱਛਰ ਬਾਰੇ ਬ੍ਰਾਡਸਪ ਬਿ ਡਿਪਾਰਟਮੈਂਟ ਨੇ ਹੋਰ ਗੱਲ ਸਾਂਝੀ ਕੀਤੀ ਹੈ ਐਡਿਸ ਇਜੀਪਟਾਈ ਨਾਮ ਦਾ ਮੱਛਰ ਹੈ ਬਹੁਤ ਛੋਟਾ ਹੈ ਕਾਲੇ ਰੰਗ ਦਾ ਇਹਦੇ ਉੱਪਰ ਚਿੱਟੀਆਂ ਧਾਰੀਆਂ ਬੜੀਆਂ ਹੁੰਦੀਆਂ ਨੇ ਇਹ ਵੀ ਡੇ ਟਾਈਮ ਬਾਈਟ ਕਰਦਾ ਹੈ ਐਗਰੈਸਿਵਲੀ ਬਾਈਟ ਕਰਦਾ ਹੈ ਤੇ ਇਸ ਮੱਛਰ ਦੀ ਵਜ੍ਹਾ ਕਰਕੇ ਕਹਿੰਦੇ ਜੀਕਾ ਡੈਂਗੀ ਜਿਹਨੂੰ ਆਪਾਂ ਡੈਂਗੂ ਕਹਿ ਦਿੰਦੇ ਆ ਚਿਕਨ ਗੁੜੀਆਂ ਤੇ ਜੈਲੋ ਫੀਵਰ ਹੋ ਜਾਂਦਾ ਹੈ ਇਸ ਮੱਛਰ ਦੀ ਬਾਈਟ ਕਰਕੇ ਜਿਹਦਾ ਨਾਮ ਐਡਿਸ ਏਜੀਪਟਾਈ ਹੈ ਨਾਲ ਦੀ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਕੁਝ ਗਾਈਡਲਾਈਨਸ ਵੀ ਜਾਰੀ ਕੀਤੀਆਂ ਕਿ ਕਿਵੇਂ ਆਪਾਂ ਇਹਨਾਂ ਤੋਂ ਬਚ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਉਹ ਕਹਿੰਦੇ ਕਿ ਸਟੈਂਡਿੰਗ ਵਾਟਰ ਉਹ ਹਰੇਕ ਥਾਂ ਤੋਂ ਖਾਲੀ ਕਰ ਦਿਓ ਜਿਹੜਾ ਬਹੁਤੇ ਦਿਨਾਂ ਦਾ ਖੜਾ ਹੋਇਆ ਪਾਣੀ ਹੈ ਵਾਟਰ ਹੋਲਡਿੰਗ ਜਿੰਨੀਆਂ ਵੀ ਥਾਵਾਂ ਨੇ ਕਿਤੇ ਵੀ ਪਾਣੀ ਵਾਲੀਆਂ ਥਾਵਾਂ ਨੇ ਉਹਨਾਂ ਨੂੰ ਕਲੀਨ ਕਰਕੇ ਰੱਖੋ ਖਾਸ ਕਰਕੇ ਉਹ ਕਹਿੰਦੇ ਕਿ ਤੁਹਾਡੇ ਘਰਾਂ ਦੇ ਵਿੱਚ ਪੈਟ ਦੇ ਜਿਹੜੇ ਤੁਸੀਂ ਛੋਟੇ ਬਰਤਨ ਰੱਖੇ ਜਾਂ ਡਿਸ਼ਸ ਕਹਿ ਲੈਣੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਟਾਈਮਲੀ ਪਾਣੀ ਉਹਨਾਂ ਦੇ ਵਿੱਚ ਰਿਪਲੇਸ ਕਰਦੇ ਰਹੋ ਦੂਸਰਾ ਕਹਿੰਦੇ ਕਿ ਤੁਹਾਡੇ ਘਰਾਂ ਦੀਆਂ ਜਿਹੜੀਆਂ ਵਿੰਡੋਜ਼ ਜਾਂ ਡੋਰ ਜਿਹੜੇ ਡੈਮੇਜ ਨੇ ਉਹਨਾਂ ਨੂੰ ਸਮਾਂ ਰਹਿੰਦਿਆਂ ਤੁਸੀਂ ਰਿਪੇਅਰ ਕਰਾ ਲਓ ਨਹੀਂ ਤਾਂ ਮੱਛਰ ਘਰਾਂ ਦੇ ਵਿੱਚ ਆ ਕੇ ਨੁਕਸਾਨ ਕਰਨਗੇ ਹਰੇਕ ਬੰਦਾ ਕੋਸ਼ਿਸ਼ ਕਰੇ ਜਦੋਂ ਵੇਲੇ-ਕਵੇਲੇ ਬਾਹਰ ਨਿਕਲਣਾ ਉਦੋਂ ਜਿਹੜਾ ਹੈਗਾ ਇਨਸੈਕਟ ਰੈਪੇਲੈਂਟ ਜਿਹੜੀਆਂ ਕਰੀਮਸ ਵਗੈਰਾ ਉਹਨਾਂ ਨੂੰ ਪਾ ਕੇ ਹੀ ਬਾਹਰ ਨਿਕਲੇ ਤੇ ਜੇ ਕਿਤੇ ਤੁਹਾਨੂੰ ਮੋਸਕੀਟੋ ਐਕਟੀਵਿਟੀ ਦਿੱਸਦੀ ਹੈ ਉਹਨਾਂ ਨੂੰ 18256584310 ਤੇ ਕਾਲ ਕਰਕੇ ਰਿਪੋਰਟ ਕੀਤਾ ਜਾ ਸਕਦਾ ਹੈ ਜੀ ਬ੍ਰਾਦਰ ਸਾਹਿਬ ਮੱਛਰ ਦੇ ਕੱਟਣ ਨਾਲ ਇੰਡੀਆ 'ਚ ਵੀ ਵੈਸੇ ਕਾਫੀ ਇਹ ਪ੍ਰੋਬਲਮਾਂ ਆਉਂਦੀਆਂ ਹੈਗੀਆਂ ਇਹ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਤੋਂ ਬਚਾ ਕਿਵੇਂ ਹੋ ਸਕਦਾ ਬਚਾ ਦਾ ਤਾਂ ਬੜਾ ਸਭ ਉਹੀ ਹੱਲ ਇਹ ਆ ਕਿ ਜਦੋਂ ਤਾਂ ਪਹਿਲਾਂ ਪਹਿਲਾਂ ਜਿਹੜਾ ਕਹਿੰਦੇ ਤੁਸੀਂ ਕਿ ਬਚਿਆ ਜਾ ਸਕਦਾ ਉਹ ਬਿਹਤਰ ਆ ਨਹੀਂ ਤਾਂ ਫਿਰ ਜਿਹੜਾ ਹੈਗਾ ਮੈਡੀਕਲ ਟਰੀਟਮੈਂਟ ਹੀ ਲੈਣਾ ਪੈਣਾ ਤੇ ਪਹਿਲਾਂ ਬਚਨ ਦਾ ਜਿਹੜਾ ਡਿਪਾਰਟਮੈਂਟ ਨੇ ਮੈਂ ਤੁਹਾਨੂੰ ਦੱਸਿਆ ਕਿ ਉਹ ਗਾਈਡਲਾਈਨਾਂ ਜਾਰੀ ਕੀਤੀਆਂ ਨੇ ਇੱਕ ਤਾਂ ਤੁਸੀਂ ਅਜਿਹੀਆਂ ਥਾਵਾਂ ਤੋਂ ਬਚੋ ਜਿੱਥੇ ਪਾਣੀ ਬਹੁਤ ਖੜਿਆ ਹੈ ਉਥੇ ਜਾਣ ਤੇ ਉਥੇ ਟਰੈਵਲ ਕਰਨ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਤੁਸੀਂ ਉਹ ਕਰੀਮਾਂ ਲਾ ਕੇ ਜਾਓ ਜਿਹੜੀਆਂ ਮੋਸਕੀਟੋ ਨੂੰ ਰਪੈਲ ਕਰਦੀਆਂ ਨੇ ਇਹੀ ਇੱਕ ਤਰੀਕਾ ਬਚਾਇਆ ਜਾ ਸਕਦਾ ਬਾਕੀ ਆਪਣੇ ਘਰ ਦੇ ਵਿੱਚ ਕਈ ਕਿਸਮ ਦੇ ਜਿਹੜੇ ਅੱਜ ਕੱਲ ਆਉਂਦੇ ਨੇ ਪ੍ਰੋਡਕਟਸ ਉਹ ਆਪਾਂ ਯੂਜ਼ ਕਰ ਸਕਦੇ ਹਾਂ ਕਿ ਆਪਣੇ ਘਰ ਦੇ ਵਿੱਚ ਖਾਸ ਕਰਕੇ ਛੋਟੇ ਬੱਚਿਆਂ ਨੂੰ ਮੱਛਰ ਤੋਂ ਬਚਾਇਆ ਜਾ ਸਕੇ ਨਹੀਂ ਤਾਂ ਫਿਰ ਜਿਹੜੀਆਂ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਜ਼ੀਕਾ ਡੈਂਗੀ ਚਿਕਨਗੁਨੀਆ 옐ੋ ਫੀਵਰ ਇਹ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਜੀ ਜੀ ਏ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਤੁਸੀਂ ਬਸ ਸਰ ਐਲਨ ਮਸਕ ਦੀ ਜਿਹੜੀ ਇੱਕ ਵੱਡਾ ਬ੍ਰਾਂਡ ਆ ਵੱਡਾ ਨੇਮ ਆ ਟੈਸਲਾ ਉਸ ਨੂੰ ਸੂ ਕਰ ਦਿੱਤਾ ਰੇਸ਼ੀਅਲ ਅਬਿਊਜ਼ ਦਾ ਮਾਮਲਾ ਤੇ ਇਹ ਸੂ ਕੀਤਾ ਇੱਕ ਕਮਿਸ਼ਨ ਨੇ ਇਕੁਅਲ এমਪਲੋਇਮੈਂਟ ਅਪਰਚੂਨਿਟੀ ਕਮਿਸ਼ਨ ਹੈ ਉਸਨੇ ਐਲਨ ਮਸਕ ਦਾ ਇਲੈਕਟ੍ਰਿਕ ਵਹੀਕਲ ਬ੍ਰਾਂਡ ਆ ਜਿਹੜਾ ਟੈਸਲਾ ਇਸ ਨੂੰ ਸੂ ਕਰ ਦਿੱਤਾ ਹੁਣ ਗੱਲ ਕੀ ਹੋਈ ਹੈ ਮੁੱਖ ਮਸਲਾ ਹੋਇਆ ਇੱਕ ਰੇਸ਼ੀਅਲ ਅਬਿਊਜ਼ ਦਾ ਇੱਕ ਬਲੈਕ ਏਮਪਲੋਈ ਦੇ ਨਾਲ ਜੁੜੀ ਹੋਈ ਕਹਾਣੀ ਹੈ ਇੰਦਕੀ ਏਕੇ ਦੇ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਇੱਕ ਬਲੈਕ EMPLOYE ਦੇ ਨਾਲ ਤੱਕਾ ਕੀਤਾ ਗਿਆ ਉਹਦੇ ਰੰਗ ਨੂੰ ਉਹਦੀ ਨਸਲ ਨੂੰ ਇਹਦੇ ਤੇ ਵਿਤਕਰਾ ਕੀਤਾ ਗਿਆ ਭੇਦਭਾਵ ਕੀਤਾ ਗਿਆ ਮਾਮਲਾ ਚਲਾ ਗਿਆ ਆਕਲੈਂਡ ਫੈਡਰਲ ਕੋਰਟ ਦੇ ਵਿੱਚ ਉੱਥੇ ਲਾ ਸੂਟ ਫਾਈਲ ਕਰ ਦਿੱਤਾ ਗਿਆ ਤੇ ਵੀਰਵਾਰ ਦੇ ਦਿਨ ਥਰਸਡੇ ਨੂੰ ਇਹ ਲਾ ਸੂਟ ਹੈ ਜਿਹੜਾ ਫਾਈਲ ਹੋਇਆ ਇੱਕ ਬਲੈਕ EMPLOYE ਹੈ ਜਿਹੜਾ ਫਰੀਮੌਂਟ ਕੈਲੀਫੋਰਨੀਆ ਵਾਲੇ ਪਲਾਂਟ ਦੇ ਵਿੱਚ ਕੰਮ ਕਰਦਾ ਸੀ ਉਹਨੇ ਇਹ ਕਿਹਾ ਜਾ ਕੇ ਕਮਿਸ਼ਨ ਦੇ ਕੋਲੇ ਕਿ ਮੈਨੂੰ ਰੂਟੀਨਲੀ ਮਾੜਾ ਬੋਲਿਆ ਜਾਂਦਾ ਸੀ ਨਿਤ ਵਾਂਗੂ ਮੇਰੇ ਨਾਲ ਮਾੜਾ ਵਿਹਾਰ ਹੁੰਦਾ ਸੀ ਉਹ ਕਹਿੰਦਾ ਕਿ ਇੰਨਾ ਕੁ ਮੇਰੇ ਨਾਲ ਬੁਰਾ ਬੋਲਦੇ ਸੀ ਕਿ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਕਿਲ ਬਲੈਕ ਪੀਪਲ ਇਹੋ ਜਿਹੇ ਪੱਦੇ ਸ਼ਬਦ ਕਹਿੰਦਾ ਮੈਨੂੰ ਬੋਲੇ ਗਏ ਨੇ ਫਿਰ ਕਹਿੰਦਾ ਸਟੇਟਸ ਦੇ ਏਰੀਆ ਦੇ ਵਿੱਚ ਵਾਸ਼ਰੂਮ ਦੇ ਏਰੀਆ ਦੇ ਵਿੱਚ ਜਾ ਕੇ ਮੇਰੇ ਨਾਲ ਮਾੜਾ ਬੋਲਦੇ ਸੀ ਮੇਰੇ ਨਾਲ ਕਦੇ-ਕਦੇ ਧੱਕਾ ਮੁੱਕੀ ਵੀ ਹੁੰਦਾ ਸੀ ਲਾਅ ਸੂਟ ਦੇ ਵਿੱਚ ਬਲੈਕ EMPLOYE ਨੇ ਜਿਹੜੇ ਵਰਡ ਵਾਰੀ-ਵਾਰੀ ਬਦਲੇ ਨੇ ਉਹਨਾਂ ਦੇ ਵਿੱਚ ਫ੍ਰੀਕੁਐਂਟ ਕਨਸਟੈਂਟ ਆ ਰੈਗੂਲਰ ਥਿੰਗ ਵਰਗੇ ਵਰਡ ਨੇ ਤੋ ਕਹਿੰਦਾ 1-2 ਦਿਨਾਂ ਤੋਂ ਨਹੀਂ ਜਾਂ 1-2 ਹਫ਼ਤਿਆਂ ਤੋਂ ਨਹੀਂ 1-2 ਸਾਲਾਂ ਤੋਂ ਨਹੀਂ ਜਦੋਂ ਤੋਂ ਮੈਂ ਕੰਮ ਕਰਦਾ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਲਗਾਤਾਰ ਇਹ ਕੁਝ ਹੋ ਰਿਹਾ ਹੈ ਹੁਣ ਜਦੋਂ ਮੈਂ ਅੱਕ ਗਿਆ ਮੇਰਾ ਸਬਰ ਆ ਜਿਹੜਾ ਬਿਲਕੁਲ ਟੁੱਟ ਗਿਆ ਉਦੋਂ ਜਾ ਕੇ ਮੈਂ ਇਹ ਐਕਸ਼ਨ ਚੁੱਕਣ ਬਾਰੇ ਸੋਚਿਆ ਲਾਸੂਟ ਦੇ ਵਿੱਚ ਕੁਝ ਬੰਦਿਆਂ ਬਾਰੇ ਉਹਨੇ ਇਹ ਵੀ ਜ਼ਿਕਰ ਕੀਤਾ ਕਿ ਕਈ ਬੰਦਿਆਂ ਨੂੰ ਰੰਗ ਦੀ ਵਜ੍ਹਾ ਕਰਕੇ ਜੌਬਸ ਤੋਂ ਕੱਢ ਦਿੱਤਾ ਗਿਆ ਕਈ ਬੰਦਿਆਂ ਨੂੰ ਰੰਗ ਦੀ ਵਜ੍ਹਾ ਕਰਕੇ ਉਹਨਾਂ ਦੀ ਜਿੰਗੀਆਂ ਟਰਾਂਸਫਰ ਕਈ ਹੋਰ ਥਾਵਾਂ ਤੇ ਕਰ ਦਿੱਤੀਆਂ ਗਈਆਂ ਚੰਗੀਆਂ ਥਾਵਾਂ ਤੋਂ ਖੋ ਕੇ ਉਹਨਾਂ ਨੂੰ ਮਾੜੀਆਂ ਥਾਵਾਂ ਤੇ ਭੇਜ ਦਿੱਤਾ ਗਿਆ ਸਰ ਉਹਨਾਂ ਦੇ ਰੈਸੀਅਲ ਬੈਕਗ੍ਰਾਉਂਡ ਚ ਚੈੱਕ ਕਰਕੇ ਸੋ ਇਸ ਤਰੀਕੇ ਦੇ ਨਾਲ ਐਲਨ ਮਸਕ ਤੇ ਟੈਸਲਾ ਤੇ ਤੁਸੀਂ ਕਹਿ ਲੋ ਕਿ ਇਸ ਵੇਲੇ ਭੀੜ ਪਈ ਹੋਈ ਹੈ ਜੀ ਬਰਾੜ ਸਾਹਿਬ ਜੀ ਜੀ ਇਸ ਤਰ੍ਹਾਂ ਕੋਈ ਜਿਵੇਂ ਗੱਲ ਸਾਰੀ ਹੋਈ ਆ ਤੇ ਇੰਪਲਾਈ ਜਾਂ ਕੋਈ ਜਿਹ ਕਮਿਸ਼ਨ ਆ ਇਹਦੇ ਬਾਰੇ ਕੁਝ ਪਤਾ ਲੱਗੇ ਨਹੀਂ ਇੰਪਲਾਈ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਕਮਿਸ਼ਨ ਨਾ ਜਿਹੜਾ ਇਹਨੇ ਨਾ ਜਿਹੜੇ ਵੀ ਇੰਪਲਾਈਜ਼ ਉਹਨਾਂ ਦੀ ਸਾਈਡ ਲੈਣੀ ਹੁੰਦੀ ਆ ਜਦੋਂ ਕੋਈ ਇਦਾਂ ਦੀ ਘਟਨਾ ਆ ਕੇ ਦੱਸਦਾ ਹੁਣ ਤੁਸੀਂ ਸ਼ਾਇਦ ਇਹ ਕਹਿਣਾ ਚਾਹ ਰਹੇ ਹੋ ਕਿ ਇਹਦੇ ਬਾਰੇ ਕੋਈ ਪ੍ਰੂਫ ਦੀ ਗੱਲ ਜਾਂ ਐਵੀਡੈਂਸ ਦੀ ਇਹਦਾ ਐਵੀਡੈਂਸ ਜਾਂ ਪ੍ਰੂਫ ਪ੍ਰੂਫ ਤਾਂ ਬਰਾੜ ਸਾਹਿਬ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਉਦੋਂ ਸ਼ਾਇਦ ਕੋਈ ਮਿਲ ਸਕਦਾ ਹਾਂ ਇੱਕ ਚੀਜ਼ ਪੋਸੀਬਲ ਹੈ ਕਿ ਕੋਈ ਵਿਟਨੈਸ ਮਿਲ ਜੇ ਜਦੋਂ ਕਿਸੇ ਬੰਦੇ ਨਾਲ ਤੱਕਾ ਮੁੱਕੀ ਹੁੰਦਾ ਹੈ ਰਜਨਾ ਬੇਸਤੇ ਉਦੋਂ ਜਦੋਂ ਇਨਵੈਸਟੀਗੇਸ਼ਨ ਹੋਊਗੀ ਪੁੱਛਣਗੇ ਉਹਦੇ ਸਹਿਕਰਮੀਆਂ ਤੋਂ ਉਹਦੇ ਕੁਲੀਗਸ ਤੋਂ ਕਿ ਭਾਈ ਇਹਦੇ ਨਾਲ ਇਹ ਕੁਝ ਹੋਇਆ ਕਿ ਨਹੀਂ ਜਾਂ ਫਿਰ ਜਦੋਂ ਇਹਦੇ ਨਾਲ ਕਦੇ ਬੁਰਾ ਵਿਹਾਰ ਹੁੰਦਾ ਸੀ ਹੋ ਸਕਦਾ ਹੈ ਕਿ ਇਹਦੇ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਆਈ ਹੋਵੇ ਤੋ ਬਿਹੇਵੀਅਰ ਚੇਂਜਸ ਨੂੰ ਵੀ ਜਿਹੜਾ ਹੈਗਾ ਨੋਟ ਕੀਤਾ ਜਾ ਸਕਦਾ ਇੱਕ ਚੀਜ਼ ਮੈਂ ਇੱਥੇ ਕੋਟ ਕਰ ਦਿਆਂ ਕਿ ਐਲਨ ਮਸਕ ਦੀ ਟੈਸਲਾ ਕੰਪਨੀ ਇਸ ਇਸ ਤੋਂ ਪਹਿਲਾਂ ਵੀ ਇੱਕ ਵਾਰ ਸੈਂਟ ਫਰਾਂਸਿਸਕੋ ਦੀ ਜਿਊਰੀ ਦੇ ਅੱਗੇ 3.2 ਮਿਲੀਅਨ ਯੂ ਐਸ ਡਾਲਰ ਦੀ ਸੈਟਲਮੈਂਟ ਫੀਸ ਕਰ ਚੁੱਕੀ ਹੈ ਉਦੋਂ ਵੀ ਮਾਮਲਾ ਬਲੈਕ EMPLOYE ਨਾਲ ਹੀ ਜੁੜਿਆ ਹੋਇਆ ਸੀ ਡਰੱਗ ਓਵਰਡਿਊਸ ਦੇ ਬਹੁਤ ਸਾਰੇ ਮਾਮਲੇ ਆ ਰਹੇ ਖਾਸ ਕਰਕੇ ਫੈਂਟਾਲਿੰਦੇ ਜੁੜੇ ਹੋਏ ਮਾਮਲੇ ਦੇ ਨਾਲ ਇਹ ਵੀ ਮਾਮਲਾ ਨਿਊਯਾਰਕ ਤੋਂ ਹੈ ਤੇ ਨਰਸਰੀ ਇੱਥੇ ਸ਼ਾਇਦ ਮੈਨੂੰ ਲੱਗਦਾ ਡੇ ਕੇਅਰ ਨੂੰ ਕਹਿ ਦਿੰਦੇ ਆ ਨਰਸਰੀ ਇੱਕ ਸਾਲ ਦਾ ਬੱਚਾ ਸੀ ਜੇ ਪੜ੍ਹਨ ਨਹੀਂ ਸੀ ਜਾਂਦਾ ਜਿਵੇਂ ਬੱਚੇ ਰਲ ਕੇ ਤੁਸੀਂ ਕਹਿ ਲਓ ਕਿ ਉਹਨਾਂ ਦੀ ਡੇ ਕੇਅਰ ਕੀਤੀ ਜਾਂਦੀ ਆ ਉਦਾਂ ਦਾ ਕੋਈ ਉਹਨਾਂ ਨੇ ਕੋਈ ਇੰਸਟੀਚਿਊਟ ਕਹਿ ਲਓ ਖੋਲਿਆ ਹੋਇਆ ਸੀ ਬੱਚੇ ਦਾ ਨਾਮ ਸੀ ਨਿਕਲਸ ਡੋਮਿਨੀਚੀ ਇੱਕ ਸਾਲ ਦੀ ਇਹਦੀ ਉਮਰ ਸੀ ਮਈ ਤੇ ਐਸੇ ਸਤੰਬਰ ਦੇ ਮਹੀਨੇ ਦੇ ਵਿੱਚ ਇਹਦੀ ਡੈਥ ਹੋਈ ਹੈ ਇਸ ਕੇਸ ਦੇ ਵਿੱਚ ਨਰਸਰੀ ਓਨਰ ਦੇ ਹਸਬੰਡ ਨੂੰ ਡੈਥ ਕੇਸ ਦੇ ਵਿੱਚ ਚਾਰਜ ਕਰ ਲਿਆ ਗਿਆ ਬੰਦਾ ਜਿਹੜਾ ਚਾਰਜ ਹੋਇਆ ਉਹਦਾ ਨਾਮ ਫਲਿਕਸ ਹਰੇਰਾ ਗਰੇਸ਼ੀਆ ਇਹ ਉਦੋਂ ਤੋਂ ਭੱਜਿਆ ਸੀ ਜਦੋਂ ਇਹ ਘਟਨਾ ਵਾਪਰੀ ਸੀ ਤੇ ਹੁਣ ਇਹ ਬੰਦਾ ਮੈਕਸੀਕੋ ਤੋਂ ਫੜਿਆ ਗਿਆ ਹੈ ਬੱਚੇ ਦੀ ਡੈਥ ਦਾ ਮੁੱਖ ਕਾਰਨ ਫੈਂਟਾ ਲਿੰਦੀ ਪੁਆਇਜ਼ਨਿੰਗ ਕਹਿ ਲੋ ਜਾਂ ਓਵਰਡੋਸ ਕਹਿ ਲੋ ਬ੍ਰੌਨਿਕਸ ਨਰਸਰੀ ਦੀ ਸੀਸੀਟੀਵੀ ਫੂਟੇਜ ਹੈ ਉਹਦੇ ਵਿੱਚੋਂ ਬੜਾ ਕੁਝ ਕਲੀਅਰ ਹੋਇਆ ਉਥੋਂ ਇਹ ਬੰਦਾ ਕਈ ਸਾਰੇ ਬੈਗ ਲੈ ਕੇ ਜਾ ਰਿਹਾ ਸੀ ਕਈ ਫੂਟੇਜ ਦੇ ਵਿੱਚ ਦੇਖਿਆ ਗਿਆ ਕਿ ਇਹਦੇ ਬੈਗ ਓਵਰਲੋਡਡ ਸੀ ਬੁਰੀ ਤਰ੍ਹਾਂ ਭਰੇ ਹੋਏ ਸੀ ਇਹਨੂੰ ਤੁਰਨ ਦੇ ਵਿੱਚ ਵੀ ਦਿੱਕਤ ਆ ਰਹੀ ਸੀ ਇਹ ਉਹੀ ਬ੍ਰੌਨਿਕਸ ਨਰਸਰੀ ਹੈ ਜਿੱਥੇ 4 ਬੱਚਿਆਂ ਦੀ ਫਿਲਹਾਲ ਇਸੇ ਮਹੀਨੇ ਦੇ ਵਿੱਚ ਡੈਥ ਹੋਈ ਹੈ ਤੇ ਚੌਥਾ ਪਰਸਨ ਹੈ ਜਿਹੜਾ ਇਸ ਕੇਸ ਦੇ ਨਾਲ ਰਿਲੇਟਡ ਉਹ ਚਾਰਜ ਕਰ ਲਿਆ ਗਿਆ ਹੈ ਪੁਲਿਸ ਨੂੰ ਨਰਸਰੀ ਦੇ 트੍ਰੈਪ ਡੋਰ ਦੇ ਵਿੱਚੋਂ ਵੀ ਲਾਰਜ ਕੁਆਂਟੀਟੀ ਦੇ ਵਿੱਚ ਫੈਂਟਿਲਨ ਮਿਲੀ ਹੈ ਤੇ ਇਹਦੇ ਨਾਲ ਕਈ ਹੋਰ ਖਤਰਨਾਕ ਡਰੱਗਸ ਵੀ ਮਿਲੀਆਂ ਨੇ ਯੂਐਸ ਡਰੱਗ ਐਨਫੋਰਸਮੈਂਟ ਤੇ ਮੈਕਸੀਕਨ ਅਫੀਸ਼ੀਅਲਸ ਨੇ ਇਸ ਬੰਦੇ ਨੂੰ ਟਿਊਸਡੇ ਨੂੰ ਮੈਕਸਿਕੋ ਦੇ ਸਿਨਾਲੋਆ ਦੀ ਇੱਕ ਬੱਸ ਦੇ ਵਿੱਚੋਂ ਫੜਿਆ ਤੇ ਇਹਦੇ ਉੱਤੇ ਕਾਂਸਪੀਰੇਸੀ ਟੂ ਡਿਸਟ੍ਰਿਬਿਊਟ ਨਾਰਕੋਟਿਕਸ ਦਾ ਤੇ ਇੱਕ ਦੋ ਇਹਦੇ ਉੱਤੇ ਹੋਰ ਕੇਸ ਬਰਾਟ ਸਾਬ ਪੈਗੇ ਨੇ ਜਿਹੜੀ ਇਸ ਬੱਚੇ ਦੀ ਆਪਾਂ ਗੱਲ ਕਰ ਰਹੀ ਹਾਂ ਦੀ ਡੈਥ ਇਸ ਤਰ੍ਹਾਂ ਹੋਈ ਸੀ ਕਿ ਇਹ ਬੱਚਾ ਨੈਪ ਰੂਮ ਦੇ ਵਿੱਚ ਜਾ ਕੇ ਸੌਂ ਰਿਹਾ ਸੀ ਜਦੋਂ ਇਹਨੂੰ ਅਚਾਨਕ ਹਿڈن ਫੈਂਟਾ ਵਾਲੀ ਨੇ ਉੱਥੋਂ ਮਿਲ ਗਈ ਬੱਚੇ ਨੂੰ ਪਤਾ ਨਹੀਂ ਸੀ ਇਹ ਚੰਗੀ ਚੀਜ਼ ਹੈ ਕਿ ਮਾੜੀ ਤੇ ਉਹਨੇ ਇਸ ਨੂੰ ਯੂਜ਼ ਕਰ ਲਿਆ ਸੀ ਜੀ ਬਰਾਟ ਸਾਬ ਜੀ ਜੀ ਇਸ ਤਰ੍ਹਾਂ ਬੱਚਿਆਂ ਦੇ ਹੱਥ 'ਚ ਇਹ ਚੀਜ਼ਾਂ ਹੋਣ ਇੱਕ ਬਹੁਤ ਵੱਡਾ ਚੀਜ਼ ਬਣ ਜਾਂਦੀ ਹੈ ਤੇ ਅੱਗੇ ਕੀ ਹੋ ਸਕਦਾ ਕੋਈ ਕਿਆਸ ਰਾਂਗਾ ਹੋਣ ਹਾਂਜੀ ਅੱਗੇ ਤਾਂ ਦੇਖੋ ਇੱਥੇ ਹੁਣ ਮਰਡਰ ਚਾਰਜਸ ਲੱਗ ਗਏ ਤਾਂ ਫਿਰ ਤਾਂ ਦੇਖੋ ਕੋਰਟ ਦੇ ਵਿੱਚ ਆ ਕਿ ਇਹਨੂੰ ਕਿਹੋ ਜੀ ਸਜ਼ਾ ਮਿਲਦੀ ਹੈ ਤੇ ਇੱਥੋਂ ਤੱਕ ਕਿ ਕੁਝ ਜਿਹੜੇ ਐਕਟਿਵਿਸਟ ਇਹ ਵੀ ਕਹਿ ਰਿਹਾ ਕਿ ਲਾਈਫ ਇਮਪ੍ਰੀਜ਼ਨਮੈਂਟ ਚਾਹੀਦੀ ਹੈ ਤੇ ਇਦਾਂ ਦਾ ਕੁਝ ਹੋ ਵੀ ਸਕਦਾ ਕਿਉਂਕਿ ਬੱਚਿਆਂ ਦੇ ਨਾਲ ਜੁੜਿਆ ਹੋਇਆ ਸੈਂਸਿਟਿਵ ਮਾਮਲਾ ਹੈ ਇੱਥੇ ਲੈਂਡਮਾਰਕ ਡਿਸੀਜਨ ਵੀ ਆਉਂਦੇ ਨੇ ਤੇ ਕਿਉਂਕਿ ਹੁਣ ਡਰੱਗ ਅਬਿਊਜ਼ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਵਧ ਗਿਆ ਤੇ ਇੱਥੇ ਲੈਂਡਮਾਰਕ ਡਿਸੀਜਨ ਆਉਣਾ ਵੀ ਬੰਦ ਹੈ ਇਹਦੇ ਹੈਕਰਸ ਚਾਹ ਯੂਐਸਓ ਫੋਰਨ ਡਿਪਾਰਟਮੈਂਟ ਦੇ ਵਿੱਚ ਇਹਨਾਂ ਇਹ 60000 ਤੋਂ ਵੱਧ ਈਮੇਲਸ ਚੋਰੀ ਕਰ ਲਈ ਗਈਆਂ ਤੇ ਕੁਝ ਹੋਰ ਡਾਟਾ ਜਿਹੜਾ ਹੈ ਉਹ ਸਟੋਲ ਕਰ ਲਿਆ ਗਿਆ ਇਹ ਮਾਮਲਾ ਫਿਰ ਤੋਂ ਇੱਕ ਵਾਰੀ ਜਿਹੜਾ ਚੀਨ ਵਰਸਸ ਅਮਰੀਕਾ ਦਾ ਤਣਾਅ ਆ ਇਸ ਨੂੰ ਵਧਾ ਦੇਗਾ ਚੀਨੀ ਹੈਕਰਸ ਕਰਕੇ ਚੀਨ ਵਰਸਸ ਯੂਐਸ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਮੇਨ ਮੰਨਿਆ ਇਹ ਜਾ ਰਿਹਾ ਕਿ ਹੈਕਰਸ ਨੇ ਡਿਪਲੋਮੈਟਿਕ ਈਮੇਲਸ ਨੂੰ ਹੀ ਟਾਰਗੇਟ ਕੀਤਾ ਤੇ ਜਿੰਨੀ ਵੀ ਸੀਕ੍ਰੀਟ ਇਨਫੋਰਮੇਸ਼ਨ ਸੀ ਉਸ ਦਾ ਐਕਸੈਸ ਲੈ ਲਿਆ ਯੂਐਸ ਦੇ ਸੀਨੀਅਰ ਡਿਪਲੋਮੈਟਸ ਦੇ ਇਨਬਾਕਸ ਜਿਹੜੇ ਨੇ ਉਹਨਾਂ ਇਨਬਾਕਸਸ ਦੀਆਂ ਮੇਲਸ ਪੜੀਆਂ ਗਈਆਂ ਜਾਂ ਕਹਿ ਲਓ ਚੋਰੀ ਕਰ ਦਿੱਤੀਆਂ ਗਈਆਂ ਉਹਨਾਂ ਲਈ ਡਿਲੀਟ ਕਰ ਦਿੱਤੀਆਂ ਗਈਆਂ ਹੈਕਰਸ ਨੇ ਅਨਕਲਾਸੀਫਾਈਡ ਈਮੇਲਸ ਅਕਾਊਂਟ ਤੇ ਵੀ ਰੇਡ ਕੀਤੀ ਹੈ ਤੇ ਉਹਨਾਂ ਡਿਪਲੋਮੈਟਸ ਨੂੰ ਟਾਰਗੇਟ ਕੀਤਾ ਜਿਹੜੇ ਈਸਟ ਏਸ਼ੀਆ ਦੇ ਨਾਲ ਦੇਖਦੇ ਨੇ ਜਿਹੜੇ ਮਾਮਲਿਆਂ ਨੂੰ ਪੈਸੀਫਿਕ ਰੀਜਨ ਦੇ ਮਾਮਲਿਆਂ ਦੇ ਨਾਲ ਡੀਲ ਕਰਦੇ ਨੇ ਤੇ ਇੱਕ ਰਿਪੋਰਟ ਵੀ ਆਈ ਹੈ ਕਿ ਯੂਰੋਪੀਅਨ ਇਸ਼ੂਸ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਦੇ ਉੱਤੇ ਵੀ ਇਹ ਸਾਈਬਰ ਅਟੈਕ ਹੋਇਆ ਸੀਐਨੂ ਸੀਐਨਐਨ ਨੂੰ ਬ੍ਰਾਟਸਬੀ ਰਿਪੋਰਟ ਇੱਕ ਸੈਨੇਟਰ ਨੇ ਦੱਸੀ ਹੈ ਪਰ ਇਹ ਸ਼ਰਤ ਰੱਖੀ ਸੀ ਕਿ ਮੇਰਾ ਨਾਮ ਲੀਕ ਨਾ ਕੀਤਾ ਜਾਵੇ ਕਿ ਮੈਂ ਕੌਣ ਆ ਤੇ ਇਹ ਇਨਫੋਰਮੇਸ਼ਨ ਉਹਨੇ ਇਸ ਤਰ੍ਹਾਂ ਦੱਸੀ ਕਿ ਸਰਕਾਰ ਦੇ ਜਿੰਨੇ ਵੀ ਹਾਈ ਪੋਸਟ ਤੇ ਬੈਠੇ ਹੋਏ ਯੂਐਸ ਗਵਰਨਮੈਂਟ ਦੇ ਬੰਦੇ ਨੇ ਅਤੇ ਉਹਨਾਂ ਦੇ ਉਹਨਾਂ ਦੀ ਇੱਕ ਕੈਂਪੇਨ ਚਲਾਈ ਗਈ ਸੀ ਹੈਕਿੰਗ ਕੈਂਪੇਨ ਤੇ ਉਹਨਾਂ ਨੂੰ ਬਰੀਫਿੰਗ ਕੀਤੀ ਗਈ ਸੀ ਜਿਦੇ ਵਿੱਚ ਸਾਰੀ ਸੈਨੇਟ ਦੇ ਮੈਂਬਰ ਵੀ ਸ਼ਾਮਲ ਸਨ ਕਿ ਭੂਇਖ ਦੇ ਵਿੱਚ ਆਪਾਂ ਹੈਕਿੰਗ ਵਰਗੇ ਜਿਹੜੇ ਮਾਮਲੇ ਨੇ ਇਹਨਾਂ ਤੋਂ ਕਿਵੇਂ ਬਚ ਸਕਦੇ ਆ ਤੇ ਇਹ ਵੀ ਖਬਰ ਉਹਨਾਂ ਨੇ ਨਾਲ ਦੀ ਨਾਲ ਸਾਂਝੀ ਕੀਤੀ ਹੈ ਕਿ ਇਹ ਹੈਕਿੰਗ ਹੈ ਜਿਹੜੀ ਮਾਈਕਰੋਸਾਫਟ ਸਿਸਟਮ ਦੀ ਹੈਕਿੰਗ ਹੋਈ ਸੀ ਉੱਥੇ ਜਾ ਕੇ ਈਮੇਲਸ ਹੈਕ ਹੋਈਆਂ ਇਹਦੇ ਬਾਬਤ ਡਿਪਾਰਟਮੈਂਟ ਦੀ ਮਾਈਕਰੋਸਾਫਟ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਇਹ ਇੰਨੀ ਆਸਾਨੀ ਦੇ ਨਾਲ ਕਿਵੇਂ ਵਾਪਰ ਗਿਆ ਜੀ ਬ੍ਰਾਡ ਸਾਹਿਬ ਕਿ ਇੰਡੀਆ ਦੇ ਹੈਕਰਸ ਨੇ ਕੈਨੇਡਾ ਦੀਆਂ ਵੈਬਸਾਈਟਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਮਿਲਟਰੀ ਦੀਆਂ ਵੈਬਸਾਈਟ ਇਹਦੇ ਨਾਲ ਹੈਕ ਹੋਈਆਂ ਨੇ ਪਾਰਲੀਮੈਂਟ ਦੀਆਂ ਵੈਬਸਾਈਟ ਵੀ ਹੈਕ ਹੋਈਆਂ ਨੇ ਹਾਊਸ ਆਫ ਕਾਮਨਸ ਦੀ ਵੈਬਸਾਈਟ ਉਹ ਵੀ ਬਹੁਤ ਸਲੋ ਚੱਲ ਰਹੀ ਹੈ ਫੈਡਰਲ ਗਵਰਨਮੈਂਟ ਕੈਨੇਡਾ ਨੇ ਇਹ ਕਹਿ ਕੇ ਅਸੀਂ ਇਸ ਸਾਰੇ ਮਾਮਲੇ ਦੀ ਜਿਹੜੀ ਹੈਗੀ ਹੈ ਸ਼ਾਨਬੀਨ ਕਰ ਰਹੇ ਹਾਂ ਫੈਡਰਲ ਗਵਰਨਮੈਂਟ ਆਫ ਕੈਨੇਡਾ ਦੀ ਵੀ ਜਿਹੜੀ ਵੈਬਸਾਈਟ ਆ ਉਹ ਵੀ ਅੰਡਰ ਸਾਈਬਰ ਅਟੈਕ ਹੋ ਸਕਦੀ ਹੈ ਹੈਕਰ ਗਰੁੱਪ ਖੁਦ ਕਲੇਮ ਕਰਦਾ ਹੈ ਕਿ ਅਸੀਂ ਇੰਡੀਅਨਜ਼ ਆ ਤੇ ਓਟਵਾ ਦੇ ਵਿੱਚ ਪਏ ਇਸ ਰਫੜ ਦੇ ਪਿੱਛੇ ਜ਼ਿੰਮੇਵਾਰ ਆ ਕੈਨੇਡਾ ਦੇ ਜਿਹੜੇ ਸਿਗਨਲ ਇੰਟੈਲੀਜੈਂਸ ਆ ਉਹਨਾਂ ਦਾ ਮੰਨਣਾ ਹੈ ਕਿ ਇਸ ਅਟੈਕ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰਾਈਵੇਟ ਇਨਫੋਰਮੇਸ਼ਨ ਉਹ ਲੀਕ ਨਹੀਂ ਹੋਈ ਜਾਂ ਕਿਸੇ ਵੀ ਸਿਟੀਜ਼ਨ ਦੀ ਪ੍ਰਾਈਵੇਟ ਇਨਫੋਰਮੇਸ਼ਨ ਆ ਉਹ ਰਿਸਕ ਤੇ ਨਹੀਂ ਹੈਗੀ। ਕਈ ਇੰਸਟੀਟਿਊਸ਼ਨ ਜਿਹੜੀਆਂ ਗਵਰਨਮੈਂਟ ਕੰਟਰੋਲਡ ਹਨ ਉਹਨਾਂ ਦੀਆਂ ਵੈਬਸਾਈਟ ਵੀ ਹੈਕ ਹੋ ਗਈਆਂ ਨੇ ਜਾਂ ਬਹੁਤ ਸਲੋ ਹੋ ਗਈਆਂ ਨੇ। ਪਰ ਨਾਲ ਦੀ ਨਾਲ ਫੈਡਰਲ ਗਵਰਨਮੈਂਟ ਦਾ ਕਹਿਣਾ ਹੈ ਕਿ ਇਹਨਾਂ ਇੰਸਟੀਟਿਊਸ਼ਨਸ ਦਾ ਫੈਡਰਲ ਇਨਫਰਾਸਟ੍ਰਕਚਰ ਤੇ ਕੋਈ ਲੰਮਾ ਚੌੜਾ ਅਸਰ ਨਹੀਂ। ਕੈਨੇਡਾ ਦੀ ਆਰਮਡ ਫੋਰਸ ਦੀ ਜਿਹੜੀ ਵੈਬਸਾਈਟ ਆ ਉਹ ਵੀ ਅਨਵੇਲੇਬਲ ਹੋ ਗਈ ਸੀ ਮੋਬਾਈਲ ਯੂਜ਼ਰਸ ਦੇ ਲਈ ਪਰ ਕੁਝ ਘੰਟਿਆਂ ਦੇ ਵਿੱਚ ਉਸ ਨੂੰ ਦੁਬਾਰਾ ਰਿਕਵਰ ਕਰਕੇ ਫਿਕਸ ਕਰ ਦਿੱਤਾ ਗਿਆ। ਇਹ ਸਾਈਟਡ ਡਿਪਾਰਟਮੈਂਟ ਨੇ ਕਿਹਾ ਸੀ ਕਿ ਡਿਪਾਰਟਮੈਂਟ ਆਫ ਡਿਫੈਂਸ ਤੇ ਇੰਟੀਗਰਲ ਮਿਲਟਰੀ ਦੀ ਵੈਬਸਾਈਟ ਤੋਂ ਵੱਖਰੀ ਹੈ ਤੇ ਜਿਹੜੀ ਹੈ ਹੈ ਕੋਈ ਸੀ ਜਾਂ ਸਲੋ ਹੋਈ ਸੀ ਉਹ ਜਿਹੜੀ ਵੈਬਸਾਈਟ ਹੈ ਉਹ ਵੱਖਰੀ ਹੈ ਮਾਮਲਾ ਅੰਡਰ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਇੱਕ ਸਪੋਕਸਪੀਅਨ ਸਪੋਕਸਪਰਸਨ ਨੇ ਕਿਹਾ ਕਿ ਜਿਹੜੀ ਇਹ ਹੈਕਿੰਗ ਦੀ ਕੋਸ਼ਿਸ਼ ਹੋਈ ਹੈ ਜਾਂ ਵਕ ਵਕ ਵੈਬਸਾਈਟਸ ਹੈਕ ਹੋਈਆਂ ਨੇ ਜਾਂ ਸਲੋ ਹੋਈਆਂ ਨੇ ਇਹਨਾਂ ਦਾ ਸਾਡੇ ਸਿਸਟਮ ਤੇ ਜਾਂ ਸਾਡੇ ਤੇ ਕੋਈ ਵੀ ਬ੍ਰਾਡਰ ਇਮਪੈਕਟ ਨਹੀਂ ਥੋੜਾ ਬਹੁਤਾ ਅਸਰ ਹੈ ਡਿਫੈਂਸ ਮਿਨਿਸਟਰ ਬਿਲ ਬਲੇਅਰ ਨੇ ਕਨਫਰਮ ਕੀਤਾ ਹੈ ਕਿ ਇਹ ਸਿਰਫ ਇੱਕ ਡੀ ਡੀਓਐਸ ਅਟੈਕ ਹੈ ਜਿਹਦੇ ਨਾਲ ਕੀ ਹੁੰਦਾ ਕਿ ਇੱਕ ਵੈਬਸਾਈਟ ਤੇ ਇੱਕੋ ਟਾਈਮ ਤੇ ਬਹੁਤ ਜ਼ਿਆਦਾ ਵਿਜ਼ਿਟਰਸ ਆ ਉਹ ਆ ਜਾਂਦੇ ਆ ਜਿਹਦੇ ਕਰਕੇ ਵੈਬਸਾਈਟ ਸਲੋ ਹੋ ਜਾਂਦੀ ਹੈ ਇੱਥੇ ਜ਼ਿਕਰ ਜੋਗ ਇਹ ਵੀ ਹੈ ਕਿ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਵੀ ਬਹੁਤ ਜ਼ਿਆਦਾ ਸਲੋ ਚੱਲ ਰਹੀ ਹੈ ਪਰ ਉਹਦੇ ਬਾਰੇ ਵੀ ਇਲੈਕਸ਼ਨ ਕੈਨੇਡਾ ਦੇ ਪਾਸਿਓਂ ਇੱਕ ਸਟੇਟਮੈਂਟ ਆ ਗਈ ਹੈ ਕਿ ਸਾਡੀ ਵੈਬਸਾਈਟ ਦੇ ਵਿੱਚ ਕੋਈ ਵੀ ਸੈਂਸਿਟਿਵ ਡਾਟਾ ਨਹੀਂ ਜੀ ਬ੍ਰਾਡ ਸਰ ਜੀ ਜੀ ਇਸ ਤਰ੍ਹਾਂ ਜੋ ਹੁੰਦਾ ਸਾਰਾ ਸਿਸਟਮ ਇਹ ਬੜਾ ਈਜ਼ੀ じゃ ਨਹੀਂ ਹੋ ਗਿਆ ਵੈਬਸਾਈਟਾਂ ਨੂੰ ਹੈਕ ਕਰਨਾ ਜਾਂ ਕੁਝ ਕਰਨਾ ਹਨਾ ਇਹ ਇੰਡੀਆ ਤੇ ਹੀ ਜ਼ਿਆਦਾ ਕਿਉਂ ਹੁੰਦਾ ਨਹੀਂ ਬਲੱਟਸਪ ਇਹ ਨਾ ਪਿੱਛੇ ਤੇ ਵੀ ਇੱਕ ਵਾਰੀ ਦੇਖਿਆ ਗਿਆ ਸੀਗਾ ਕਿ ਦੋ ਦੇਸ਼ਾਂ ਦੇ ਆਪਸ ਵਿੱਚ ਇੱਕ ਟਾਈਮ ਤੇ ਰਫੜ ਪਿਆ ਹੋਇਆ ਸੀ ਮੇਰੇ ਖਿਆਲ ਮਾਮਲਾ ਇਜ਼ਰਾਈਲ ਤੇ ਈਰਾਨ ਦਾ ਸੀ ਤੇ ਉਦੋਂ ਚਾਈਨੀਜ਼ ਹੈਕਰਾਂ ਨੇ ਇਜ਼ਰਾਈਲ ਦੀ ਕਿਸੇ ਵੈਬਸਾਈਟ ਦੇ ਈਰਾਨ ਦੀ ਕਿਸੇ ਵੈਬਸਾਈਟ ਦੇ ਵਿੱਚ ਸੇਂਦਮਾਰੀ ਕਰ ਦਿੱਤੀ ਸੀ ਉਹ ਉਹ ਵੀ ਉਹਨਾਂ ਦੀ ਮਿਰਖਲ ਪੈਸੀ ਟਕੇ ਦੀ ਵੈਬਸਾਈਟ ਆ ਜਿਹੜੀ ਤੁਸੀਂ ਕਹੋ ਕਿ ਫਾਈਨੈਂਸ ਨਾਲ ਰਿਲੇਟਡ ਉਹਦੇ ਵਿੱਚ ਸੀ ਵੱਡਾ ਰਿਸਕ ਸੀਗਾ ਤੇ ਉਹਦੇ ਉੱਤੇ ਡਿਸਪਲੇ ਇਸ ਤਰ੍ਹਾਂ ਕੀਤਾ ਸੀ ਕਿ ਅਸੀਂ ਇਜ਼ਰਾਈਲੀ ਹੈਕਰ ਆ ਸੋ ਕਈ ਵਾਰੀ ਇਹ ਹੁੰਦਾ ਕਿ ਦੋ ਦੇਸ਼ਾਂ ਦਾ ਜਦੋਂ ਕੋਈ ਡਿਪਲੋਮੈਟਿਕ ਝਗੜਾ ਚੱਲਦਾ ਹੋਵੇ ਕੋਈ ਤੀਜਾ ਦੇਸ਼ ਇਹਦੇ ਵਿੱਚ ਫਾਇਦਾ ਉਠਾ ਲੈਂਦਾ ਤੇ ਜਿਹੜਾ ਤੁਸੀਂ ਕਿਹਾ ਕਿ ਇਹ ਕੰਮ ਈਜ਼ੀ ਹੋ ਗਿਆ ਦੇਖੋ ਰੇਕ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਵੈਬਸਾਈਟ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਮ ਸੰਭਾਲੋ ਬੰਦਿਆਂ ਦੇ ਸਿਰ ਤੇ ਹੀ ਆ ਤੇ ਬੰਦੇ ਕਈ ਵਾਰੀ ਤੁਸੀਂ ਕਹਿ ਲੋ ਕਿ ਲੂਪ ਹੋਲ ਛੱਡ ਜਾਂਦੇ ਆ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਸਕਿਉਰਟੀ ਦੇ ਵਿੱਚ ਸੋ ਉਸ ਜਿਹੜੀ ਲੂਪ ਹੋਲ ਆ ਜਾਂ ਕਮੀ ਪੇਸ਼ੀ ਆ ਉਹਨੂੰ ਹੀ ਹੈਕਰ ਲੱਭਦੇ ਆ ਲੱਭ ਕੇ ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਜੀ ਬ੍ਰਾਟ ਸਾਹਿਬ ਜੀ ਬਹੁਤ ਧੰਨਵਾਦ ਜੁੜਦੇ ਆ ਨਵੇਂ ਦਿਨ ਨਵੀਆਂ ਖਬਰਾਂ ਨਾਲ